हां जी दोस्तों ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏਗੇ ਟਰੈਕਟਰ ਵਾਲਾ ਕਬੱਡੀ ਕੱਪ ਜਿੱਥੇ ਬੈਸਟਾਂ ਦੇ ਲਈ ਮੋਡੀਫਾਈਡ ਫੋਰਸ ਸਤੀਸਾ ਟਰੈਕਟਰ ਦਿੱਤੇ ਜਾਣਗੇ ਹਾਂ ਜੀ ਦੋਸਤੋ ਮੈਂ ਪ੍ਰਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਮਿਨਿਸਟਰ ਕਿੰਗ ਤੇ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਪਹਿਲੀ ਵਾਰ ਆਇਓ ਤਾਂ نیچے ਆ ਰਹੀ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਤੁਸੀਂ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਕਿਉਂਕਿ ਅਸੀਂ ਕਬੱਡੀ ਨਾਲ ਰਿਲੇਟਡ ਹਰ ਬਰਕਾਰ ਦੀ ਵੀਡੀਓ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਹਾਂ ਹਾਂ ਜੀ ਦੋਸਤੋ ਇਹ ਕਬੱਡੀ ਕੱਪ ਤੰਤਨ ਪਾਈ ਸ਼ਾਲੋ ਜਿਹਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਪੰਡੋਰੀ ਬੜਾਚਾਂ ਤੇ ਪੰਡੋਰੀ ਲੁਬਾਨਾਂ ਦੀ ਸਾਂਝੀ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਜਿੱਥੇ ਕਬੱਡੀ ਆਲ ਓਪਨ ਦੀ ਟੌਪ ਦੇ ਪੰਜ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਜਿਨ੍ਹਾਂ ਦਾ ਪਹਿਲਾ ਇਨਾਮ 1 ਲੱਖ ਰੁਪਏ ਹੋਵੇਗਾ ਤੇ ਦੂਸਰਾ ਇਨਾਮ 75000 ਰੁਪਏ ਹੋਵੇਗਾ ਬੈਸਟ ਰੇਟਰ ਤੇ ਬੈਸਟ ਜਾਫੀ ਦੇ ਲਈ ਮੋਡੀਫਾਈ ਫੋਰਡ 3600 ਟਰੈਕਟਰ ਦਿੱਤੇ ਜਾਣਗੇ ਤੇ ਨਾਲ ਹੀ ਦੋਸਤੋ ਇਹ ਕਬੱਡੀ ਕੱਪ 29 ਅਕਤੂਬਰ 2023 ਨੂੰ ਕਰਵਾਇਆ ਜਾਵੇਗਾ ਤੇ ਇਸ ਕਬੱਡੀ ਕੱਪ ਦਾ ਲਾਈਵ ਪੰਜਾਬ ਲਾਈਵ 1.com ਦੇ ਆਫੀਸ਼ੀਅਲੀ YouTube ਚੈਨਲ ਤੇ ਲਾਈਵ ਚਲਾਇਆ ਜਾਵੇਗਾ ਇੱਥੇ ਪਹੁੰਚ ਰਹੇ ਪੰਜ ਕਲੱਬਾਂ ਦੇ ਨਾਮ ਪਾਈ ਸ਼ਾਲੋ ਜੀ ਕਬੱਡੀ ਕਲੱਬ ਪੰਡੋਰੀ ਬੜੈਚਾ ਮਾਜਾ ਕਬੱਡੀ ਕਲੱਬ ਕਰਿਆਲਾ ਕਬੱਡੀ ਕਲੱਬ ਹਰਿਆਣਾ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੋਤਾ ਸਿੰਘ ਵਾਲਾ ਦੇ 5ਵੇਂ ਨੰਬਰ ਤੇ ਹੈ ਡੀਏਬੀ ਕਬੱਡੀ ਕਲੱਬ ਕੈਲੀਫੋਰਨੀਆ ਹਾਂਜੀ ਦੋਸਤੋ ਜੇ ਤੁਹਾਨੂੰ ਸਾਡੀ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਚੰਗੀ ਲੱਗਣ ਤੇ ਲਾਈਕ ਜ਼ਰੂਰ ਕਰਨਾ ਜੇ ਨਾ ਚੰਗੀ ਲੱਗੇ ਤਾਂ ਡਿਸਲਾਈਕ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ